ਕਾਰ ਚਾਲਕ ਦੀ ਗਲਤੀ ਦੇ ਕਾਰਨ ਐਂਬੂਲੈਂਸ ਪਲਟ ਗਈ, ਜਿਸ ਦੇ ਕਾਰਨ ਐਂਬੂਲੈਂਸ 'ਚ ਸਵਾਰ ਮਰੀਜ਼ ਦੀ ਮੌਤ ਹੋ ਜਾਂਦੀ ਹੈ ਅਤੇ ਇਸ ਹਾਦਸੇ ਦਾ ਭਿਆਨਕ ਮੰਜ਼ਰ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਐਂਬੂਲੈਂਸ ਅਤੇ ਕਾਰ ਦੇ ਵਿਚਾਲੇ ਇਹ ਭਿਆਨਕ ਟੱਕਰ ਹੁੰਦੀ ਹੈ। ਕਾਰ ਚਾਲਕ ਦੀ ਗਲਤੀ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਦਾ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਜਾਂਦੀ ਹੈ ਜੋ ਐਂਬੂਲੈਂਸ ਦੇ ਵਿੱਚ ਮੌਜੂਦ ਹੁੰਦਾ ਹੈ, ਤੇ 6 ਜਣੇ ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋ ਗਏ ਨੇ। ਦੱਸਣਾ ਬਣਦਾ ਹੈ ਕਿ ਮਰੀਜ਼ ਨੂੰ ਇਹ ਐਂਬੂਲੈਂਸ ਏਮਸ ਛੱਡਣ ਜਾ ਰਹੀ ਸੀ ਜਿਸ ਵੇਲੇ ਇਹ ਹਾਦਸਾ ਵਾਪਰਦਾ। ਫਿਲਹਾਲ ਇਸ ਹਾਦਸੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਭਿਆਨਕ ਹਾਦਸਾ ਵਾਪਰਦਾ। ਇਹ ਗੱਡੀ ਬਹੁਤ ਸਲੋ ਹੁੰਦੀ ਹੈ ਜੋ ਇੱਕਦਮ ਮੁੜ ਜਾਂਦੀ ਹੈ, ਤੇ ਉਧਰੋਂ ਤੇਜ਼ ਰਫ਼ਤਾਰ ਐਂਬੂਲੈਂਸ ਆ ਰਹੀ ਹੁੰਦੀ ਹੈ ਜੋ ਇਸ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਐਂਬੂਲੈਂਸ ਪਲਟ ਜਾਂਦੀ ਹੈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਜਾਂਦਾ। ਇਹ ਤਸਵੀਰਾਂ ਮੋਗਾ ਦੇ ਬਾਗਾ ਪੁਰਾਣਾ ਦੇ ਰਜਿਆਣਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਐਂਬੂਲੈਂਸ ਅਤੇ ਕਾਰ ਦੇ ਵਿੱਚ ਕਾਰ ਭਿਆਨਕ ਟੱਕਰ ਹੁੰਦੀ ਹੈ। ਐਂਬੂਲੈਂਸ ਦੇ ਵਿੱਚ ਮੌਜੂਦ ਮਰੀਜ਼ ਦੀ ਮੌਤ ਹੋ ਗਈ ਹੈ। ਇਹ ਐਂਬੂਲੈਂਸ ਮੋਗਾ ਦੇ ਇੱਕ ਪ੍ਰਾਈਵੇਟ ਹਸਪਤਾਲ ਤੋਂ ਬਠਿੰਡਾ ਏਮਸ ਦੇ ਵੱਲ ਜਾ ਰਹੀ ਹੁੰਦੀ ਹੈ ਜੋ ਮਰੀਜ਼ ਨੂੰ ਛੱਡਣ ਜਾ ਰਹੀ ਹੁੰਦੀ ਹੈ, ਕਿ ਰਜਿਆਣਾ ਦੇ ਕੋਲ ਇੱਕ ਸਾਈਡ ਤੇ ਗੱਡੀ ਆ ਰਹੀ ਹੁੰਦੀ ਹੈ ਜੋ ਅਚਾਨਕ ਹੀ ਕਾਰ ਸਵਾਰ ਇਸ ਨੂੰ ਆਪਣੀ ਗੱਡੀ ਨੂੰ ਮੋੜ ਲੈਂਦਾ, ਜਿਸ ਕਾਰਨ ਐਂਬੂਲੈਂਸ ਇਸ ਗੱਡੀ ਦੇ ਵਿੱਚ ਜਾ ਟਕਰਾਉਂਦੀ ਹੈ ਤੇ ਇਹ ਹਾਦਸਾ ਵਾਪਰ ਜਾਂਦਾ। ਫਿਲਹਾਲ ਇਹ ਭਿਆਨਕ ਮੰਜ਼ਰ ਦੀਆਂ ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ।